पहरेदार वैब टीवी देख रहे समूह दर्शकों का जसपाल सिंह हेरा वालों स्वागत। वाहिगुरु जी का खालसा, वाहिगुरु जी की फतेह। अज असी अपने दर्शकों के नाल एक नवी सांझ पाउन जा रहे हैं, एक नवे प्रोग्राम दे राही। प्रोग्राम बाल दी खल। सियासी आगू अक्सर बड़े बड़े गपौड़े मारते ने, लोगों को गुमराह करन दे लई बड़े बड़े झूठे दावे करते ने। सो उन्हां झूठे दाव्यां दा सच, उन्हां गपौड़ां दा सच असी रोजाना अपने दर्शकों के नाल साझा करिया करांगे, ताकि सानूं पता लग सके कि ये जिहड़े सियासी लोग ने आम लोगों किस तरह गुमराह करते ने, तो आम लोगों नूं ये किस तरह भेड़ां बकरियां वांगू समझते ने, कि जो कुछ ये कहिंदे ने उस नूं आम लोग सिर चुका के सुनते रहिंदे ने। सो इस प्रोग्राम वाल दी खल दे विच असी अपने दर्शकों के नाल इन्हां सियासी आगूआं दे बड़े बड़े गपौड़ ने जिहड़े उन्हां नूं नंगा करन दा यतन करांगे। कल बठिंडे दे विच बादल दल वल्लों सद्भावना रैली की गई। उस रैली दे इकट्ठ बारे बहुत बड़े बड़े गप मारे गए ने। उस रैली दे विच बादल प्यो पुत्र ने बहुत बड़े बड़े गप मारे ने। सो उन्हां सारे गपौड़ियां दे बाबत सच की आ ਉਹ ਅਸੀਂ ਅੱਜ ਆਪਣੇ ਦਰਸ਼ਕਾਂ ਦੇ ਨਾਲ ਕੁਝ ਇਸ ਅੰਦਾਜ਼ ਵਿੱਚ ਸਾਂਝਾ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਇਸ ਰੈਲੀ ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਜੋ ਕੁਝ ਕਿਹਾ ਉਹਦੇ ਪਿੱਛੇ ਕੀ ਸੱਚ ਸੀ, ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਰੈਲੀ ਦੀ ਸ਼ੁਰੂਆਤ ਵੱਡੇ ਬਾਦਲ ਸਾਹਿਬ ਨੇ ਆਪਣੇ ਭਾਸ਼ਣ ਨਾਲ ਕੁਝ ਇਸ ਅੰਦਾਜ਼ 'ਚ ਕੀਤੀ। ਅੱਜ ਦਾ ਇਕੱਠ ਕਿਸੇ ਸਿਆਸੀ ਮੰਤਵ ਲਈ ਨਹੀਂ ਰੱਖਿਆ ਗਿਆ, ਕੋਈ ਇਲੈਕਸ਼ਨ ਵਾਸਤੇ ਨਹੀਂ ਰੱਖਿਆ ਗਿਆ, ਪਰ ਇਕੱਠ ਉਹਨਾਂ ਤੋਂ ਉੱਚੇ ਉੱਠ ਕੇ ਪੰਜਾਬ ਵਿੱਚ ਸਦਭਾਵਨਾ ਬਣਾਉਣ ਵਾਸਤੇ, ਅਮਨ ਸ਼ਾਂਤੀ ਪੱਕੀ ਕਰਨ ਵਾਸਤੇ, ਧਰਮਾਂ ਵਿੱਚ ਪਿਆਰ ਮੁਹੱਬਤ ਬਣਾਉਣ ਵਾਸਤੇ ਕੀਤਾ ਗਿਆ। ਬਜ਼ੁਰਗ ਬਾਦਲ ਸਾਹਿਬ ਕੀ ਕਹਿੰਦੇ ਨੇ ਅਤੇ ਉਹਨਾਂ ਦੇ ਲਾਡਲੇ ਸੁਖਬੀਰ ਬਾਦਲ ਕੀ ਕਹਿੰਦੇ ਨੇ, ਅਕਸਰ ਅਸੀਂ ਸੁਣਦੇ ਆਉਂਦੇ ਹਾਂ ਕਿ ਬਾਦਲ ਸਾਹਿਬ ਕੁਛ ਹੋਰ ਬੋਲਦੇ ਨੇ ਅਤੇ ਉਹਨਾਂ ਦੇ ਫਰਜੰਦ ਸੁਖਬੀਰ ਬਾਦਲ ਜੀ, ਜਿਨ੍ਹਾਂ ਬਾਰੇ ਲੋਕ ਬਹੁਤ ਬਹੁਤ ਵੱਡੀਆਂ ਗੱਲਾਂ ਕਰਦੇ ਨੇ, ਜਿਹੜੇ ਖੁਦ ਵੀ ਆਪਣੇ ਆਪ ਨੂੰ ਇਹ ਗੱਲ ਪ੍ਰਵਾਨ ਕਰਦੇ ਨੇ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਗੱਪੀ ਮੰਨਣ ਲੱਗ ਪਏ ਨੇ, ਉਹ ਕੀ ਕਹਿੰਦੇ ਨੇ। ਸੋ ਸੁਖਬੀਰ ਬਾਦਲ ਆਪਣੇ ਬਾਪ ਵੱਲੋਂ ਕਹੇ ਸ਼ਬਦਾਂ ਬਾਰੇ ਕਿਸ ਤਰ੍ਹਾਂ ਬੋਲਦੇ ਨੇ, ਵੱਡੇ ਬਾਦਲ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਸਦਭਾਵਨਾ ਰੈਲੀ ਆ ਇਹ ਕਿਸੇ ਸਿਆਸੀ ਮਨੋਰਥ ਲਈ ਨਹੀਂ, ਪਰੰਤੂ ਸੁਖਬੀਰ ਬਾਦਲ ਜੀ ਕਹਿੰਦੇ ਨੇ ਕਿ ਇਹ ਰੈਲੀ 2017 ਦੀਆਂ ਚੋਣਾਂ ਦਾ ਮੁੱਢ ਬੰਨੂਗੀ। ਫੈਸਲਾ ਪਿਓ ਪੁੱਤ ਕਰ ਲੈਣ ਕਿ ਉਹਨਾਂ ਨੇ ਇਹ ਰੈਲੀ ਚੋਣਾਂ ਦਾ ਮੁੱਢ ਬੰਨਣ ਲਈ ਬੰਨੀ ਆ, ਕਿ ਜਾਂ ਜਿਵੇਂ ਵੱਡੇ ਬਾਦਲ ਸਾਹਿਬ ਕਹਿ ਰਹੇ ਨੇ ਕਿ ਅਸੀਂ ਇਹ ਰੈਲੀ ਕਿਸੇ ਸਿਆਸੀ ਮੰਤਵ ਲਈ ਨਹੀਂ ਕਰ ਰਹੇ, ਅਸੀਂ ਪੰਜਾਬ ਦੇ ਵਿੱਚ ਸਦਭਾਵਨਾ ਪੈਦਾ ਕਰਨ ਲਈ ਕਰ ਰਹੇ ਹਾਂ। ਬਾਦਲ ਸਾਹਿਬ, ਸਦਭਾਵਨਾ ਤੁਸੀਂ ਕਿਹਦੇ ਨਾਲ ਪੈਦਾ ਕਰ ਰਹੇ ਹੋ ਇਹ ਤੁਸੀਂ ਦੱਸੋ, ਅਤੇ ਇਸ ਰੈਲੀ ਦਾ ਜਿਹੜਾ ਸਿਆਸੀ ਲਾਹਾ ਉਹ ਸੁਖਬੀਰ ਬਾਦਲ ਦੱਸਣਗੇ। ਸੋ ਸੁਖਬੀਰ ਬਾਦਲ ਜੀ ਆਪਣੇ ਬਾਪ ਦੇ ਕਹੇ ਸ਼ਬਦਾਂ ਨੂੰ ਕਿਸ ਤਰ੍ਹਾਂ ਕੱਟ ਰਹੇ ਨੇ ਉਹ ਤੁਹਾਡੇ ਸਾਹਮਣੇ। ਮੈਂ ਤਾਂ ਕਹਿ ਰਿਹਾ ਸੀ ਅੱਜ ਵਰਕਰਾਂ ਦਾ ਜੋਸ਼ ਦੇਖਣ ਵਾਲਾ, 2017 ਦੀ ਜੰਗ ਅੱਜ ਹੀ ਸ਼ੁਰੂ ਹੋ ਗਈ ਹੈ। ਮੈਂ ਕਾਂਗਰਸ ਨੂੰ ਕਹਿਣਾ ਚਾਹੁੰਦਾ, ਸੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਗਪੌੜੀਆਂ ਦੇ ਗੱਪ ਤੁਸੀਂ ਸੁਣ ਹੀ ਲੈਣੇ, ਬਾਪ ਕੀ ਕਹਿੰਦਾ ਅਤੇ ਬੇਟਾ ਕੀ ਕਹਿੰਦਾ। ਸੋ ਇਹ ਸੁਖਬੀਰ ਬਾਦਲ ਜੀ ਨੇ ਆਪਣੇ ਬਾਪ ਦੀ ਜੋ ਗੱਲ ਕਹੀ ਸੀ ਉਹਨੂੰ ਕੱਟ ਕੇ ਕਿਹਾ ਕਿ ਇਹ ਰੈਲੀ ਆ ਜਿਹੜੀ ਇਹ ਅਸੀਂ 2017 ਦੀਆਂ ਚੋਣਾਂ ਦਾ ਬਿਗਲ ਵਜਾਉਣ ਲਈ ਕੀਤੀ ਆ। ਸੋ ਅਗਲੇ ਪਾਸੇ ਚੱਲੀਏ ਅਸੀਂ ਕਿ ਬਾਦਲ ਸਾਹਿਬ ਅਗਲੀ ਗੱਲ ਕਿਹੜੀ ਕਰ ਰਹੇ ਨੇ। ਅਸਲੀ ਸੋਚਣ ਵਾਲੀ ਗੱਲ ਹੈ, ਇਹ ਸਮਾਂ ਲਿਆਉਣ ਵਾਸਤੇ ਕਿਹੜੇ ਲੋਕ ਸਨ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਭਾਵੇਂ ਤੁਸੀਂ ਨਿਸ਼ਾਨਦੇਹੀ ਕੀਤੀ ਹੈ, ਪਰ ਪੜ੍ਹੋ
ਉਹ ਆਪ ਦੋਵੇਂ ਸ਼ਕਤੀਆਂ ਅੱਜ ਫੇਰ ਇਕੱਠੀਆਂ ਹੋ ਗਈਆਂ ਔਰ ਉਹਨਾਂ ਨੇ ਆਪਣਾ ਰੱਬ ਜਿਹੜਾ ਉਹ ਪਿੱਛੇ ਜੋ ਇੱਕ ਸਰਬੱਤ ਖਾਲਸਾ ਹੈ ਚੱਬੇ ਪਿੰਡ ਵਿੱਚ ਉੱਥੇ ਸਾਹਮਣੇ ਲੈ ਆਂਦਾ। ਬਾਦਲ ਸਾਹਿਬ ਪੰਜਾਬ ਦੇ ਨਹੀਂ ਦੇਸ਼ ਦੇ ਨਹੀਂ ਵਿਸ਼ਵ ਭਰ 'ਚ ਬੈਠੇ ਸਿੱਖ ਦਿਨ ਰਾਤ ਇਹੀ ਚੀਖ ਚਿਹਾੜਾ ਪਾ ਰਹੇ ਨੇ। ਇਹੀ ਉਹਨਾਂ ਦੀ ਦਿਨ ਰਾਤ ਦੀ ਇਹ ਮੰਗ ਹੈ ਕਿ ਘੱਟੋ ਘੱਟ ਨਿਸ਼ਾਨਦੇਹੀ ਜ਼ਰੂਰ ਕਰੋ। ਕਿੰਨਾ ਤਾਕਤਾਂ ਦੀ? ਉਹਨਾਂ ਤਾਕਤਾਂ ਦੀ ਜਿਨ੍ਹਾਂ ਨੇ 1 ਜੂਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗ ਜਵਾਹਰ ਸਿੰਘ ਵਾਲਾ ਪਿੰਡ 'ਚੋਂ ਚੋਰੀ ਕੀਤੇ ਸੀ। ਕੌਣ ਨਿਸ਼ਾਨਦੇਹੀ ਕਰੂ ਉਹਨਾਂ ਦੀ? ਬਾਦਲ ਸਾਹਿਬ ਉਹਨਾਂ ਦੁਸ਼ਟ ਤਾਕਤਾਂ ਦੀ ਨਿਸ਼ਾਨਦੇਹੀ ਕੌਣ ਕਰੂਗਾ ਜਿਨ੍ਹਾਂ ਨੇ ਬਰਗਾੜੀ ਦੀਆਂ ਬਾਜ਼ਾਰਾਂ 'ਚ ਗਲੀਆਂ 'ਚ ਰੂੜੀਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਰੋਲਿਆ? ਅਤੇ ਬਾਦਲ ਸਾਹਿਬ ਉਹਨਾਂ ਤਾਕਤਾਂ ਦੀ ਨਿਸ਼ਾਨਦੇਹੀ ਕੌਣ ਕਰੂਗਾ ਜਿਹੜੀਆਂ ਤਾਕਤਾਂ ਨੇ ਇਹ ਹੁਕਮ ਦਿੱਤਾ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲੀ ਚਲਾ ਦਿਓ, ਅੱਥਰੂ ਗੈਸ ਛੱਡ ਦਿਓ, ਪਾਣੀ ਦੀਆਂ ਬਛਾੜਾਂ ਕਰ ਦਿਓ, ਸਿੰਘਾਂ ਨੂੰ ਸ਼ਹੀਦ ਕਰ ਦਿਓ? ਬਾਦਲ ਸਾਹਿਬ ਇਹ ਨਿਸ਼ਾਨਦੇਹੀ ਕੌਣ ਕਰੂਗਾ? ਤੁਹਾਨੂੰ ਇਹ ਨਿਸ਼ਾਨਦੇਹੀ ਤਾਂ ਦਿਸ ਗਈ ਕਿ ਸਰਬੱਤ ਖਾਲਸਾ ਦੇ ਵਿੱਚ ਕਿਹੜੀਆਂ ਤਾਕਤਾਂ ਇਕੱਠੀਆਂ ਹੋਈਆਂ। ਸ਼ਾਇਦ ਤੁਸੀਂ ਸਰਬੱਤ ਖਾਲਸਾ ਦਾ ਉਹ ਨਜ਼ਾਰਾ 4 ਕਿਲੋਮੀਟਰ ਦਾ ਜਿਹੜਾ ਰਾਹ ਨੰਗੇ ਪੈਰੀਂ ਸੰਗਤਾਂ ਨੇ ਜਿਹੜੀਆਂ ਉਹਨਾਂ 'ਚ ਮਾਈਆਂ ਵੀ ਨੇ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਰਬੱਤ ਖਾਲਸਾ ਦੇ ਪੰਡਾਲ 'ਚ। ਸਰਬੱਤ ਖਾਲਸਾ ਬਾਰੇ ਤੁਸੀਂ ਕੀ ਜਾਣੋ? ਤੁਸੀਂ ਸਰਬੱਤ ਖਾਲਸਾ ਕਿੱਥੇ ਹੋਇਆ ਇਹ ਵੀ ਉੱਥੇ ਲਿਖਿਆ ਹੋਇਆ ਦੇਖ ਕੇ ਪੜ੍ਹ ਰਹੇ ਹੋ ਅਤੇ ਉਹ ਵੀ ਠੀਕ ਨਹੀਂ ਪੜ੍ਹ ਰਹੇ। ਚੱਬੇ ਪਿੰਡ 'ਚ ਹੋਇਆ, ਚੱਬੇ ਪਿੰਡ 'ਚ ਨਹੀਂ ਹੋਇਆ ਬਾਦਲ ਸਾਹਿਬ? ਖੈਰ, ਨਿਸ਼ਾਨਦੇਹੀ ਕੌਮ ਕਰ ਚੁੱਕੀ ਆ ਕਿ ਕੌਮ ਦੇ ਗਦਾਰ ਕੌਣ ਨੇ। ਅੱਜ ਜੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਿਰੰਤਰ ਬੇਕਦਰੀ ਹੋ ਰਹੀ ਆ ਅਤੇ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਸੋ ਬਾਦਲ ਸਾਹਿਬ ਤੁਸੀਂ ਜਿਹੜੀ ਨਿਸ਼ਾਨਦੇਹੀ ਕਰਨੀ ਆ ਉਹ ਸਾਰਾ ਸੰਸਾਰ ਜਾਣ ਚੁੱਕਾ ਕਿ ਤੁਸੀਂ ਸਰਬੱਤ ਖਾਲਸਾ ਨੂੰ ਕਾਂਗਰਸੀਆਂ ਦੇ ਖਾਤੇ ਪਾਤਾ, ਸਰਬੱਤ ਖਾਲਸਾ ਨੂੰ ਤੁਸੀਂ ਵਿਦੇਸ਼ੀ ਤਾਕਤਾਂ ਦੇ ਖਾਤੇ ਪਾਤਾ, ਅਤੇ ਜਿਹੜੀਆਂ ਸਰਬੱਤ ਖਾਲਸਾ 'ਚ ਪਹੁੰਚੀਆਂ ਸੰਗਤਾਂ ਸੀ ਉਹਨਾਂ ਨੂੰ ਕਿਹੜੇ ਖਾਤੇ 'ਚ ਪਾਉਂਗੇ ਬਾਦਲ ਸਾਹਿਬ? ਕੀ ਤੁਸੀਂ 2.5 ਲੱਖ ਉਹਨਾਂ ਸਿੱਖ ਸੰਗਤਾਂ ਨੂੰ ਦੇਸ਼ ਧਰੋਹੀ ਕਹੋਗੇ ਜਿਹੜੇ ਆਪਣੇ ਗੁਰੂ ਦੇ ਨਾਮ 'ਤੇ, ਜਿਹੜੇ ਆਪਣੇ ਗੁਰੂ ਨੂੰ ਪ੍ਰੇਮ ਕਰਨ ਦੇ ਨਾਂ 'ਤੇ, ਜਿਹੜੇ ਆਪਣੇ ਗੁਰੂ ਦੇ ਮਾਣ ਸਨਮਾਨ ਦੀ ਰਾਖੀ ਦੇ ਲਈ ਉਸ ਸਰਬੱਤ ਖਾਲਸਾ 'ਚ ਪਹੁੰਚੇ ਸੀ? ਸੋ ਬਾਦਲ ਸਾਹਿਬ ਕਿਸੇ ਸਮੇਂ ਇਹ ਵੀ ਕਿਹਾ ਕਿ ਤੁਸੀਂ ਆਪਣੀ ਸੱਤਾ ਲਾਲਸਾ ਲਈ ਹਮੇਸ਼ਾ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਉਂਦੇ ਰਹੇ ਹੋ ਅਤੇ ਅੱਜ ਵੀ ਤੁਸੀਂ ਇਸ ਰੈਲੀ 'ਚ ਉਹ ਗੱਲ ਦਰਹਾਈ ਆ ਕਿ ਉਹ ਤਾਕਤਾਂ ਜਿਹੜੀਆਂ ਕਦੇ ਕਹਿੰਦੀਆਂ ਹੁੰਦੀਆਂ ਸੀ ਪਹਿਲਾਂ ਮੁੰਨਿਆਂ ਨੂੰ ਮਾਰਾਂਗੇ ਅਤੇ ਫਿਰ ਝੋਨਾ ਵੱਢਾਂਗੇ, ਸੋ ਇਹ ਜਿਹੜਾ ਫਿਰਕੂ ਅੱਗ ਤੁਸੀਂ ਅੱਜ ਪੰਜਾਬ 'ਚ ਲਾਉਣ ਦੀ ਗੱਲ ਕਰ ਰਹੇ ਹੋ ਇਹ ਸਿਰਫ ਤੁਸੀਂ ਹੋ, ਤੁਸੀਂ ਹੋ ਜਿਨ੍ਹਾਂ ਨੇ ਕਦੇ ਉਹ ਸਮਾਂ ਤੁਸੀਂ ਯਾਦ ਕਰੋ। ਅੱਜ ਤੁਹਾਨੂੰ ਉਹ ਤਾਕਤਾਂ ਜਿਹੜੀਆਂ ਗੁਰੂ ਦੇ ਨਾਮ 'ਤੇ ਕੁਰਬਾਨ ਹੋਣ ਲਈ ਮੈਦਾਨ ਦੇ ਵਿੱਚ ਨਿਤਰੀਆਂ ਨੇ ਉਹ ਦੇਸ਼ ਧਰੋਹੀ ਲੱਗਦੀਆਂ ਨੇ, ਪ੍ਰੰਤੂ ਤੁਸੀਂ ਯਾਦ ਕਰੋ ਕਿ ਤੁਸੀਂ ਜਦੋਂ ਸੰਵਿਧਾਨ ਦੀ ਧਾਰਾ 25B ਨੂੰ ਸਾੜਿਆ ਸੀ, ਤੁਸੀਂ ਯਾਦ ਕਰੋ ਉਹ ਦਿਨ ਜਦੋਂ ਤੁਸੀਂ ਸਿੱਖ ਫੌਜੀਆਂ ਨੂੰ ਇਸ ਗੱਲ ਦਾ ਹੋਕਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ 'ਤੇ ਤੁਹਾਡੇ ਮੱਕੇ 'ਤੇ ਦੇਸ਼ ਦੀ ਹਕੂਮਤ ਨੇ, ਇੰਦਰਾ ਗਾਂਧੀ ਨੇ ਹਮਲਾ ਕਰਤਾ, ਤੁਸੀਂ ਬੈਰਕਾਂ 'ਚ ਬੈਠੇ ਹੋ, ਤੁਸੀਂ ਉਹਨਾਂ ਨੂੰ ਬੈਰਕਾਂ ਛੱਡਣ ਲਈ ਮਜਬੂਰ ਕੀਤਾ। ਸੋ ਬਾਦਲ ਸਾਹਿਬ ਅੱਜ ਕਿਹੜੀਆਂ ਗੱਲਾਂ ਦੇ ਨਾਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਲੋਕ ਤੁਹਾਡੀਆਂ ਗੱਲਾਂ 'ਚ ਕਿੰਨਾ ਕੁ ਸਮਾਂ ਆਉਂਦੇ ਰਹਿਣਗੇ? ਸੋ ਇਹ ਨਿਸ਼ਾਨਦੇਹੀ ਅੱਜ ਹੋ ਚੁੱਕੀ ਆ, ਤੁਸੀਂ ਲੋਕਾਂ ਨੂੰ ਇਹ ਹੋਕਾ ਨਾ ਦਿਓ ਕਿ ਉਹ ਨਿਸ਼ਾਨਦੇਹੀ ਕਰਨ। ਉਹ ਨਿਸ਼ਾਨਦੇਹੀ ਕਰ ਚੁੱਕੇ ਨੇ ਕਿ ਕੌਮ ਦੇ ਗਦਾਰ ਕੌਣ ਨੇ, ਗੁਰੂ ਦੇ ਦੁਖੀ ਕੌਣ ਨੇ, ਉਹ ਦੁਸ਼ਟ ਤਾਕਤਾਂ ਕੌਣ ਨੇ ਜਿਹੜੀਆਂ ਅੱਜ ਚੜ੍ਹਦੇ ਸੂਰਜ, ਨਿਰੰਤਰ ਚੜ੍ਹਦੇ ਸੂਰਜ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦੀ ਅਤੇ ਗੁਰਬਾਣੀ ਦੀ ਬੇਕਦਰੀ ਕਰ ਰਹੀਆਂ ਨੇ। ਸੋ ਬਾਦਲ ਸਾਹਿਬ ਇਹ ਨਿਸ਼ਾਨਦੇਹੀ ਤਾਂ ਹੋ ਚੁੱਕੀ ਹੈ। ਬਾਦਲ ਸਾਹਿਬ ਨੇ ਜੋ ਕੁਝ ਉਸ ਸਦਭਾਵਨਾ ਰੈਲੀ ਜਿਹਨੂੰ ਇਹਨਾਂ ਨੇ ਕਿਹਾ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ 2-4 ਗੱਲਾਂ ਕੀਤੀਆਂ, ਮੁੱਖ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ
तीर छड़न की कोशिश की कि अज जो पंजाब के हालात ने इन्हों उन्होंने जोड़ा दूसरे ट्रैक पर पाने की कोशिश की उस तो हट के उन्होंने फरजंद सुखबीर बादल ने जोड़े अक्सर बड़े जोश के आके लगातार निरंतर जिस दिन तो ये घटनावान सरबत खालसा तो बाद जिस तरह उन्होंने एक चाबी भरी गई है वो कि ताकतों वालों भरी गई है कि असी खंगण नहीं देना असी तुन देंगे असी डक देंगे असी एक कर देंगे असी वो कर देंगे वो निरंतर उन्होंने जोड़े गुरु के नाम से अपनी जान तली के मैदान च नितरे ने उन्होंने धमकियां गिद्दड़ धमकियां डरा लगे हुए ने उन्होंने इस सद्भावना रैली च अपने उस अंदाज दे विच जिस अंदाज लई वो जाने जांदे ने ते जिस अंदाज दे पिछे आम लोग ने जिहड़े वो लुकमी गल करदे ने सो उन्होंने उस अंदाज दे विच की कहा आओ सुनी। आई कैप्टन अमरिंदर सिंह ने सोनिया गांधी नूं चिट्ठी लिखी सी कि सब तो ज्यादा अतवादियों के संबंध जे कोई कांग्रेस च हैगे ते प्रताप सिंह बाजवे दे है ते प्रताप सिंह बाजवे ने अमरिंदर सिंह सन्मानित किया गया कि ऐसे लोग पंजाब की अगुवाई करेंगे। पंजाब की अगुवाई इको एक इंसान ने की है दिलों की है पूरी जिंदगी की है प्रकाश सिंह जी बादल ने भावे 90 साल पुरानी उम्र 90 साल उम्र है पर आज भी नौजवानों को तकड़े। बिल्कुल सुनिया तुसी कि प्रकाश सिंह बादल दे वारस प्रकाश सिंह बादल दे फरजंद किस तरह अज अपने बाप की वड्याई दे विच गुणगान कर रहे ने उन्होंने सोले गा रहे ने कि जे पंजाब दे विच किसी ने अगवाई की आ तो सिर्फ एको इंसान होया वो प्रकाश सिंह बादल। असी सहमत हाँ सुखबीर सिंह बादल दे इन्हां शब्दां नाल सहमत हाँ कि जे किसी ने पंजाब नूं अग लाई आ तो वह सिर्फ तो सिर्फ प्रकाश सिंह बादल ने जे किसी ने पंजाब नूं लुटिया तो सिर्फ तो सिर्फ प्रकाश सिंह बादल ने जे किसी ने पंजाब दे विच सिख सिद्धांतां दा कांड कीता तो सिर्फ तो सिर्फ प्रकाश सिंह बादल ने जे किसी ने पंजाब दे विच परिवारवाद पैदा कीता वह सिर्फ तो सिर्फ प्रकाश सिंह बादल ने ते जे किसी ने सिख संस्थावां जिन्हां दे विच श्री अकाल तख्त साहिब जिन्हां दे विच श्रोमणी गुरद्वारा प्रबंधक कमेटी जिन्ह दे विच श्रोमणी अकाली दल ते जिन्ह दे विच इस सूबे दा इस कौम दा हरियावल दस्ता सिख स्टूडेंट्स फेडरेशन जिन्ह दे विच ओ जथेदार तख्तां दे जथेदार जिन्ह दा कौम मान सन्मान करदी सी उन्हां दे मान सन्मान नूं मिट्टी दे विच रोलिया ते जिन्हां ने पंज प्यारियां दी परंपरा नूं खत्म करन दी कोशिश कीती ते जिहड़े अज सरबत खालसे वर्गी महान संस्था दे खात्मे लई मैदान च नित्तर होए ने उह सिर्फ ते सिर्फ प्रकाश सिंह बादल ने। असीं सहमत हाँ कि एक व्यक्ति जिन्हें समुची कौम दा कान कर दिता एक व्यक्ति जिन्हें साडे सोहणे वसदे पंजाब नूं तबाही दी खड्ड विच सुट दिता वो सिर्फ तो सिर्फ प्रकाश सिंह बादल है। शायद सुखबीर सिंह बादल ये दसना भुल गए ने कि वो पंजाब जिहड़ा कदे इस देश का एक नंबर सूबा हुंदा सी अज उस पंजाब सिर 125,000 करोड़ रुपये का कर्जा ते अज उस सोहणे पंजाब दे किसाना सिर 68,000 करोड़ रुपये का कर्जा ते अज उस सोहणे पंजाब दे विच हर चढ़दे सूरज दो किसान खेत मजदूर खुदकुशियां कर रहे ने ते अज उस ही सोहणे पंजाब दे विच हर 8 घंटियां बाद एक नशेड़ी नौजवान की मौत हो रही है। सो पंजाब की बहुत सोहणी सेवा कीती आ पंजाब की बहुत सोहणी अगवाई कीती आ ते इस लई
सुखबीर सिंह बादल खुद ही दस देन कि उन्हां दे बाप नूं किहड़ा अवार्ड आ जिहड़ा रह गया ਉਹ ਪੰਜਾਬ ਦੇ ਲੋਕ ਦੇਣ ਅਤੇ ਪੰਜਾਬ ਦੇ ਲੋਕਾਂ ਨੇ ਜੇ ਸੁਖਬੀਰ ਸਿੰਘ ਬਾਦਲ ਨੇ ਕਦੇ ਸੁਣਿਆ ਹੋਵੇ ਉਹਨਾਂ ਨੇ ਆਪਣੇ ਬਾਰੇ ਤਾਂ ਜ਼ਰੂਰ ਸੁਣ ਲਿਆ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਸੁਣਿਆ ਹੋਵੇ ਕਿ ਪੰਜਾਬ ਦੇ ਲੋਕਾਂ ਨੇ ਜੇ ਉਹਨਾਂ ਨੂੰ ਗੱਪੀ ਦਾ ਅਵਾਰਡ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹੜਾ ਅਵਾਰਡ ਦਿੱਤਾ ਉਹ ਸ਼ਾਇਦ ਅਗਲੀ ਰੈਲੀ ਦੇ ਵਿੱਚ ਅਸੀਂ ਚਾਹਵਾਂਗੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਮੂੰਹੋਂ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਅਕਸਰ ਲੋਕ ਮੈਨੂੰ ਗੱਪੀ ਕਹਿੰਦੇ ਨੇ ਸ਼ਾਇਦ ਉਹ ਆਪਣੇ ਮੂੰਹੋਂ ਕਹਿ ਦੇਣ ਕਿ ਮੇਰੇ ਬਾਪ ਨੂੰ ਲੋਕ ਆਹ ਕਹਿੰਦੇ ਨੇ ਜੇ ਉਹ ਨਹੀਂ ਕਹਿਣਗੇ ਤਾਂ ਫਿਰ ਸਾਡਾ ਤੁਹਾਡੇ ਨਾਲ ਵਾਅਦਾ ਕਿ ਅਸੀਂ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਆਓ ਦੇਖੀਏ ਕਿ ਇਸ ਤੋਂ ਅੱਗੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਸ ਕਿਲ ਕਿਲ ਕੇ ਬੋਲਣ ਦੇ ਅੰਦਾਜ਼ ਵਿੱਚ ਹੋਰ ਕੀ ਕੁਝ ਕਿਹਾ ਅੱਜ ਵੀ ਸਵੇਰੇ 6 ਵਜੇ ਉੱਠ ਕੇ ਰਾਤ ਦੇ 12-12 ਵਜੇ ਤੱਕ ਪੰਜਾਬ ਦੀ ਜਨਤਾ ਨਾਲ ਮਿਲਦੇ ਆ ਮੈਨੂੰ ਲੱਗਦਾ ਪੰਜਾਬ ਦਾ ਕੋਈ ਪਿੰਡ ਨਹੀਂ ਕੋਈ ਸ਼ਹਿਰ ਨਹੀਂ ਕੋਈ ਮਹੱਲਾ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾ ਗਏ ਹੋਣ ਤੇ ਬਾਦਲ ਸਾਹਿਬ ਨੂੰ ਹੁਣ ਕਹਿੰਦੇ ਆ ਕਿ ਕੌਮ ਦੇ ਗੱਦਾਰ ਹੈ ਉਹ ਲੋਕ ਜਿਹੜੇ ਕਹਿੰਦੇ ਆ ਸਭ ਤੋਂ ਵੱਡੇ ਕੌਮ ਦੇ ਦੁਸ਼ਮਣ ਉਹ ਹਨ ਇਸ ਕਰਕੇ ਆਪਾਂ ਨੂੰ ਪਛਾਣਨ ਦੀ ਲੋੜ ਹੈ ਚਲੋ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਆ ਜਿਹੜਾ ਉਹ ਮੇਰੇ ਮਨ ਦੀ ਗੱਲ ਬੁੱਝ ਗਿਆ ਜਿਹੜੀ ਗੱਲ ਮੈਂ ਅਗਲੇ ਪ੍ਰੋਗਰਾਮ ਤੱਕ ਲੈ ਕੇ ਜਾਣੀ ਚਾਹੁੰਦਾ ਸੀ ਉਹ ਸਾਡੇ ਨਾਲ ਉਹਨਾਂ ਨੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਦਿੱਤੀ ਕਿ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਗਦਾਰ ਕਹਿੰਦੇ ਨੇ ਅਤੇ ਹੁਣ ਉਹਨਾਂ ਨੇ ਇਸ ਗੱਲ ਦੀ ਵਿਆਖਿਆ ਨਹੀਂ ਕੀਤੀ ਕਿ ਉਹ ਪੰਜਾਬ ਦੇ ਲੋਕ ਜਿਨ੍ਹਾਂ ਨੇ 5ਵੀਂ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੱਤਾ ਸੰਭਾਲੀ ਆ ਅਤੇ ਅੱਜ ਉਹ ਲੋਕ ਉਸ ਪ੍ਰਕਾਸ਼ ਸਿੰਘ ਬਾਦਲ ਨੂੰ ਗਦਾਰ ਕਿਉਂ ਕਹਿਣ ਲੱਗ ਪਏ ਨੇ ਇਸ ਸਵਾਲ ਦਾ ਜਵਾਬ ਸ਼ਾਇਦ ਕਦੇ ਸੁਖਬੀਰ ਸਿੰਘ ਬਾਦਲ ਨੇ ਲੋੜ ਹੀ ਨਹੀਂ ਸਮਝੀ ਕਿ ਉਹ ਆਪਣੀ ਆਤਮਾ ਨੂੰ ਪੁੱਛ ਲਵੇ ਜਾਂ ਕਦੇ ਆਪਣੇ ਬਾਪ ਦੇ ਗੋਡੇ ਕੋਲ ਬੈਠ ਕੇ ਕਿਉਂਕਿ ਇਹ ਤਾਂ ਉਹਨੂੰ ਆਦਤ ਹੀ ਨਹੀਂ ਕਿ ਉਹ ਆਪਣੇ ਬਾਪ ਦੇ ਗੋਡੇ ਕੋਲ ਬੈਠ ਕੇ ਕਦੇ ਉਹਨੂੰ ਪੁੱਛ ਲਵੇ ਕਿ ਬਾਪੂ ਇਹ ਕਿੱਥੋਂ ਆ ਗਿਆ ਕਿ ਅੱਜ ਪੰਜਾਬ ਦੇ ਲੋਕ ਤੈਨੂੰ ਗਦਾਰ ਕਹਿਣ ਲੱਗ ਪਏ ਨੇ ਸ਼ਾਇਦ ਇਹ ਇਸ ਖੂਨ ਦੇ ਵਿੱਚ ਨਹੀਂ ਕਿ ਉਹ ਸੱਚ ਨੂੰ ਜਾਣਨ ਸੱਚ ਦੇ ਨੇੜੇ ਹੋਣ ਹਵਾ ਦੇ ਵਿੱਚ ਉੱਡਣ ਵਾਲੇ ਹਵਾਈ ਕਿਲੇ ਉਸਾਰਨ ਵਾਲੇ ਅਤੇ ਗਪੌੜ ਛੱਡਣ ਵਾਲੇ ਲੋਕ ਨੇ ਜਿਹੜੇ ਉਹ ਕਦੇ ਵੀ ਸੱਚ ਦੇ ਨੇੜੇ ਨਹੀਂ ਆਉਂਦੇ ਸੁਖਬੀਰ ਸਿੰਘ ਬਾਦਲ ਨੇ ਇੱਕ ਬੜੀ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਕਹੀ ਆ ਕਿ ਉਹ ਸਵੇਰੇ 6 ਵਜੇ ਉੱਠ ਕੇ ਰਾਤ ਦੇ 12-12 ਵਜੇ ਤੱਕ ਪੰਜਾਬ ਦੇ ਬਾਰੇ ਸੋਚਦੇ ਰਹਿੰਦੇ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਇਹ ਨਹੀਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਬਾਰੇ ਸੋਚਦਾ ਜਾਂ ਇਹ ਸੋਚਦਾ ਕਿ ਉਹ ਕਦੇ 17 ਕਿੱਲਿਆਂ ਦਾ ਮਾਲਕ ਇੱਕ ਸਧਾਰਨ ਜੱਟ ਸੀ ਅਤੇ ਅੱਜ ਉਹਦੀ ਪ੍ਰਾਪਰਟੀ ਉਹਦੀ ਜਾਇਦਾਦ ਆ ਜਿਹੜੀ ਉਹ 65,000 ਕਰੋੜ ਟੱਪ ਗਈ ਆ ਅਤੇ ਇਹਨੂੰ ਜਿਹੜਾ ਉਹਦੇ ਪੁੱਤ ਦਾ ਸੁਪਨਾ ਪੁੱਤ ਦਾ ਉਹਦੇ ਦਾ ਦੋ ਸੁਪਨੇ ਨੇ ਇੱਕ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਦੂਸਰਾ ਉਹਦਾ ਸੁਪਨਾ ਇਹ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਬਣਨਾ ਸੋ ਪ੍ਰਕਾਸ਼ ਸਿੰਘ ਬਾਦਲ ਉਹਦੇ ਇਹ ਦੋਨੇ ਸੁਪਨੇ ਆ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੇ ਲਈ 6 ਵਜੇ ਤੋਂ ਲੈ ਕੇ 12 ਵਜੇ ਤੱਕ ਕਿਉਂਕਿ ਇਸ ਉਮਰ ਦਾ ਬਜ਼ੁਰਗ ਆ ਜਿਹੜਾ ਉਹ 6 ਵਜੇ ਜੇ ਉੱਠੂਗਾ ਤਾਂ ਸਭ ਤੋਂ ਪਹਿਲਾਂ ਉਹ ਪਾਠ ਕਰੂਗਾ ਨਿਤਨੇਮ ਕਰੂਗਾ ਪਰੰਤੂ ਸੁਖਬੀਰ ਸਿੰਘ ਬਾਦਲ ਅਨੁਸਾਰ ਉਹ ਪੰਜਾਬ ਬਾਰੇ ਸੋਚਦੇ ਨੇ ਪੰਜਾਬ ਦੇ ਬਾਰੇ ਪੰਜਾਬ ਆ ਜਿਹੜਾ ਅੱਜ ਸਿਰਫ ਅਤੇ ਸਿਰਫ ਬਾਦਲਾਂ ਤਾਂ ਕੱਟ ਗਿਆ ਹੋਇਆ ਬਾਦਲ ਪਰਿਵਾਰ ਤਾਂ ਕੱਟ ਗਿਆ ਹੋਇਆ ਸੋ ਸਾਫ ਆ ਗੱਲ ਕਿ ਉਹ ਆਪਣੇ ਪਰਿਵਾਰ ਲਈ ਅਤੇ ਆਪਣੇ ਪਰਿਵਾਰ ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਾ ਕਿ ਉਹ ਆਪਣੇ ਪੁੱਤ ਲਈ ਜਿਹਦੇ ਬਾਰੇ ਉਹ ਅਕਸਰ ਕਹਿੰਦੇ ਨੇ ਅਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਆ ਕਿ ਇਹ ਜਿਹੜਾ ਵਿਅਕਤੀ ਉਹਨਾਂ ਦਾ ਵਾਰਸ ਬਣਦਾ ਵਾਰਸ ਬਣਾਇਆ ਉਹਨਾਂ ਨੇ ਉਹ ਉਸ ਯੋਗਤਾ ਦਾ ਮਾਲਕ ਨਹੀਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਾਂਗ ਡੋਰਾ ਜਿਹੜੀ ਉਹ ਸੰਭਾਲ ਸਕੇ ਸੋ ਇਹ ਚਿੰਤਾ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜ਼ਰੂਰ ਕਰਦੇ ਨੇ ਸੋ ਅੱਜ ਸਾਡੇ ਸਾਹਮਣੇ ਜਿਹੜੀ ਗੱਲ ਨਿੱਖਰ ਕੇ ਆਈ ਆ ਕਿ ਇਹ ਜਿਹੜੀ ਸਦਭਾਵਨਾ ਰੈਲੀ ਬਾਦਲਾਂ ਨੇ ਸਰਬੱਤ ਖਾਲਸੇ ਦਾ ਰੰਗ ਹੈ ਜਿਹੜਾ ਸਮੁੱਚੀ ਦੁਨੀਆ ਦੇ ਵਿੱਚ ਗੂੜਾ ਚੜ੍ਹਿਆ ਜਿਹੜਾ ਸਮੁੱਚੇ ਪੰਥ ਨੂੰ ਗੂੜਾ ਚੜ੍ਹਿਆ ਉਸ ਰੰਗ ਨੂੰ ਫਿੱਕਾ ਕਰਨ ਦੇ ਲਈ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਆ ਜਿਹੜਾ ਇਹ ਯਤਨ ਕੀਤਾ ਗਿਆ ਮੈਂ ਤਾਂ ਸਮਝੂੰਗਾ ਕਿ ਇਹ ਇੱਕ ਸਾਜਿਸ਼ ਕੀਤੀ ਗਈ ਆ
उस साजिश दे विच सफल नहीं हुए ते गपौड़ ने जड़े वो होर उच्चे हुए ने वो साढ़े सामने आ कि जिस तरह दोनों प्यो पुत्ता ने पंजाब दे लोकां नू जिस मंतव दे लई अज पंजाब दे विच गल कीती जानी बनती सी कौम दे विच गल कीती जानी बनती सी कि आखर नू कौम दे मना दे विच जिहड़ा कौम दे सीने दे विच खंजर खुबिया होया जिहड़ी गल असी बार बार कर रहे हैं कि श्री गुरु ग्रंथ साहिब जी महाराज दे जिहड़ी पवित्र सरूप ने चोरी होए ने वह अज तक ये सरकार नहीं लभ सकी ढींगा किड्डियां किड्डियां मार दी आ जिन्हां दुष्ट ताकतों ने उन्हां पवित्र पावन अंगा का कतलेआम करके उन्हां नू बरगाड़ी दे बाजारां दे विच रोलिया उन्हां दुष्ट ताकतों नू यह सरकार लभ नहीं सकी इहदियां जिहड़ियां एडे वड्डे वड्डे कपौड़ ने उन्हां नू कौन सुने ते इह सरकार जिहड़ी अज वड्डे वड्डे दावे करदी आ इह सरकार उन्हां पुलिस वालियां ते उन्हां पुलिस वालियां नू हुक्म देण वालियां ते जिन्हां ने दो सिंघां नू शहीद किया मुकदमा दर्ज नहीं कर सकी सो इह सरकार आ जिहड़ी इस सरकार दे जिहड़े कपौड़ ने वो तुसीं आउण वाले दिनां विच 28 तरीक नू मोगे फिर इन्हां दी एक सद्भावना रैली हो रही आ वो गपौड़ किस रूप दे विच तुसीं सुनोगे वो असीं फिर तुहाडे नाल सांझे करांगे। सो इस तों बाद सुखबीर सिंह बादल ने उस सद्भावना रैली दे विच अपने वल्लों जिहड़ियां शेखियां मारियां ने आओ थोड़ा उन्हां ते भी झात मार लईए। कई अखबारां 'च पिछले दिन मैं पढ़िया कि अकाली दल तां हुण खत्म हो गया एंटी इनकंबेंसी आ गई। मैं बेनती करना चाहना आ साडी एंटी इनकंबेंसी है लखां दे लोग जिहड़े बैठे सो कदे कदे तुसी झूठ बोलदे बोलदे अपने आप सच भी बोल जाने हो। तुसी सुनिया कि छोटे बादल की कह रहे ने वो कह रहे ने कि मैं अखबारां दे विच पढ़िया अकाली दल का भोग पै गया। अकाली दल भी नहीं कहा अकाली दल का भोग पै गया। सो असी प्रवान करते हैं इस गल नू कि अज दी तरीक दे विच जिस तरह सुखबीर सिंह बादल ने खुद अपने अफसरां नू इस गल दियां हदायतां जारी कीतियां सी अपने चापलूसां नू इस गल दियां हदायतां जारी कीतियां सी कि इह जिहड़ी सद्भावना रैली हो रही है इस रैली दे विच कोई भी काली पग ना बन के आवे कोई भी काली चुन्नी ना लै के आवे कोई मतलब काले रंग तों उहनां नू जिस तरह डर लग गया सी ते शायद दूसरियां बारे कहिंदे ने कि उहनां नू इतिहास दा नहीं पता शायद सुखबीर सिंह बादल उस इतिहास नू भी भुल गया सी कि अकाली दल दा जिहड़ा इतिहास आ ननकाणा साहब साका शायद उहनां नू नहीं याद होगा कि ननकाणा साहब साका जिहड़ा उस समय जदों अकाली दल ने अंग्रेज़ हकूमत दे विरुद्ध उस दे जबर दे विरुद्ध सबर नाल जंग लड़न दा ऐलान कीता सी ते उहदे विच जित प्राप्त कीती सी ते उहदे विच काले रंग दा किड्डा वड्डा रोल सी। सो वो अकाली दल जिहड़ा ननकाणा साहब की धरती ते विदेशी ताकतां नू अपने सबर दे नाल काले रंग दे प्रतीक दे नाल भजाउण दे विच सफल रहा अज उस अकाली दल दे जे वारस खवाउंदे ने अपने आप नू उहनां नू काले रंग तों डरन लग पिया लगण लग पिया ते फिर असीं की मन्नीए कि नहीं भोग पिया कि उहनां महान परंपरावां दा जिहड़ियां किसे समें अकाली दल जिन्हां दे लई जंग लड़िया उन्हां महान सिधांतां दा जिन्हां दी राखी अकाली दल ने कीती सो अज जे उन्हां दा भोग पै गया तो फिर कि अकाली दल दा भोग प्रवान ना कीता जावे। सो जिहड़ा अकाली दल कदे सरबत खालसे दे लई सरबत खालसा सिख कौम दी महान परंपरा सर्व उच्च परंपरा हर सिखा जिहड़ा बाखूबी जानदा परंतु जिहड़े लोग जिहड़ियां ताकतां जिहड़ी धिर सरबत खालसे नू फिक्का पाउण दे लई अपनी सारी ताकत अपनी सारी सरकार झोक दिंदी आ उहनू कोई सिख जां अकाली किवें कहूगा। सुखबीर सिंह बादल शायद यह दसण दे ना तां उह योग ने ते ना उह इन्नी समझ ही रखदे ने कि उह इह दस सकण कि आखर नू उह अकाली किथे गए ते अज
काका जी जिहड़े आ गए ने ये किहड़े अकाली ने। सो ये सवाल आ जिहड़ा जिवें मैं पहलां गल कीती आ, जे वो अगली जिहड़ी रैली हो रही आदे विच उहदा जवाब दे देण ते शायद असी उस तो अगली टिप्पणियां जिहड़ी करिए। परंतु जो सुखबीर ने सच बोलिया कि अकाली दल का भोग पै गया कहा जाता, सो असी उस दे लई इहनां नूं बधाई दिंदे आ कि चलो किसे बहाने से ही तुसीं सच तां बोलिया। इस सच तो बाद आओ आपां सुखबीर का जिहड़ा अगला गपौड़ है उहदे वल चलीए कि उहदे विच उह साडे जिहड़े पंजाब दे लोक ने उहनां दे बारे की सोचदे ने ते की वह टिप्पणियां करदे ने। जे तुसीं जाके देखने मैं मीडिया नूं जरूर बेनती करांगा जिन्ने लोग इत्थे बैठे है ਇਹ ਤੋਂ 10 ਗੁਣਾ ਆ ਸਾਹਮਣੇ ਮੇਲਾ ਲੱਗਿਆ ਪਿਆ। ਹਲੇ ਵੀ ਮੈਨੂੰ ਪੁਲਿਸ ਵਾਲੇ ਦੱਸ ਰਹੇ ਸੀ ਕਿ ਬਠਿੰਡੇ ਤੋਂ ਪਿੱਛੇ ਫਤਕ ਬੱਸਾਂ ਹਲੇ ਵੀ ਖੜੀਆਂ, ਲੋਕੀ ਆ ਨਹੀਂ ਸਕਦੇ। ਇੱਧਰ ਗੋਨਿਆਂ ਤੋਂ ਅੱਗੇ ਤੱਕ ਬੱਸਾਂ ਖੜੀਆਂ। ਆਹ ਤਾਂ ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਪਿਆਰ ਹੈ ਸਤਿ ਪ੍ਰਕਾਸ਼ ਸਿੰਘ ਜੀ ਬਾਦਲ ਨਾਲ। ਅਕਾਲੀ ਦਲ ਤੁਹਾਡੀ ਪਾਰਟੀ ਹੈ, ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ, ਵਪਾਰੀ ਦੀ ਪਾਰਟੀ ਹੈ। ਸੁਖਬੀਰ ਬਾਦਲ ਜੀ ਕਹਿ ਰਹੇ ਨੇ ਕਿ ਜਿਹੜੀ ਜਿਹਨੂੰ ਉਹ ਅਕਾਲੀ ਦਲ ਪਹਿਲਾਂ ਭੋਗ ਵੀ ਪਾ ਗਏ ਨੇ ਫਿਰ ਉਸ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਕਿ ਇਹ ਗਰੀਬ ਕਿਸਾਨ ਮਜ਼ਦੂਰ ਅਤੇ ਵਪਾਰੀ ਦੀ ਪਾਰਟੀ ਹੈ। ਸੋ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਸ ਪਾਰਟੀ ਦਾ ਪੰਜਾਬ 'ਤੇ ਲਗਾਤਾਰ 9 ਸਾਲ ਹੋ ਗਏ ਨੇ ਰਾਜ, ਆ ਉਸ ਤੋਂ ਪਹਿਲਾਂ ਵੀ 5 ਸਾਲ, ਆ 20 ਸਾਲਾਂ ਦੇ ਵਿੱਚ ਜਿਹਦਾ 14 ਸਾਲ ਜਿਸ ਪਾਰਟੀ ਦਾ ਪੰਜਾਬ ਦੀ ਧਰਤੀ 'ਤੇ ਰਾਜ ਰਿਹਾ ਹੋਵੇ ਅਤੇ ਉਸ ਪੰਜਾਬ ਦੇ ਕਿਸਾਨ ਨੇ ਜਿਹੜੇ ਹਰ ਚੜ੍ਹਦੇ ਸੂਰਜ 2 ਕਿਸਾਨ ਨੇ ਜਿਹੜੇ ਉਹ ਕਰਜ਼ੇ ਕਾਰਨ ਆਪਣੀ ਆਰਥਿਕ ਤੰਗੀ ਕਾਰਨ ਆਪਣੀ ਜਾਨ ਦੇਣ ਨੂੰ ਤਰਜੀਹ ਦੇਣ ਅਤੇ ਉਸ ਪੰਜਾਬ ਦੇ ਕਿਸਾਨਾਂ ਨੂੰ ਹਰ ਸਾਲ 7874 ਕਰੋੜ ਦੀ ਵਿਆਜ ਆ ਜਿਹੜੀ ਉਹ ਭਰਨੀ ਪਵੇ ਅਤੇ ਜਿਹੜੇ ਕਿਸਾਨਾਂ ਨੂੰ ਕਦੇ ਕੋਈ ਬੀਜ ਆ ਜਿਹੜਾ ਚਾਹੇ ਉਹ ਨਰਮੇ ਦਾ ਅਤੇ ਚਾਹੇ ਉਹ ਸੂਰਜਮੁਖੀ ਦਾ ਚਾਹੇ ਉਹ ਕਿਸੇ ਹੋਰ ਫਸਲ ਦਾ ਉਹ ਬੀਜ ਵੀ ਜਿਹੜਾ ਉਹਨਾਂ ਨੂੰ ਸ਼ੁੱਧ ਨਾ ਮਿਲੇ। ਅਤੇ ਫਿਰ ਅੱਜ ਨਵੀਂ ਖਬਰ ਸਾਡੇ ਸਾਹਮਣੇ ਆਈ ਆ ਕਿ ਮਟਰ ਦਾ ਬੀਜ ਆ ਜਿਹੜਾ ਉਹ ਕਿਸਾਨਾਂ ਨੂੰ ਜਾਲੀ ਦਿੱਤਾ ਗਿਆ, ਨਕਲੀ ਦਿੱਤਾ ਗਿਆ, ਉਹਨਾਂ ਦੀ ਫਸਲ ਆ ਜਿਹੜੀ ਉਹ ਨਹੀਂ ਹੋਈ। ਸੋ ਜਿਸ ਧਰਤੀ 'ਤੇ ਜਿਸ ਧਰਤੀ ਨੂੰ ਖੇਤੀਬਾੜੀ ਦੀ ਧਰਤੀ ਕਿਹਾ ਜਾਂਦਾ ਹੋਵੇ ਉਸ ਧਰਤੀ ਦਾ ਕਿਸਾਨ ਆ ਜਿਹੜਾ ਉਹ ਹਰ ਚੜ੍ਹਦੇ ਸੂਰਜ ਫਾਹਾ ਲੈਣ ਲਈ ਮਜਬੂਰ ਹੋਵੇ। ਅਤੇ ਸੁਖਬੀਰ ਜੀ ਕਹਿਣ ਕਿ ਅਸੀਂ ਸਾਡੀ ਪਾਰਟੀ ਕਿਸਾਨਾਂ ਦੀ ਪਾਰਟੀ ਆ, ਮਜ਼ਦੂਰਾਂ ਦੀ ਪਾਰਟੀ ਆ, ਉਹਨਾਂ ਮਜ਼ਦੂਰਾਂ ਦੀ ਪਾਰਟੀ ਆ ਜਿਨ੍ਹਾਂ ਨੂੰ ਅੱਜ 2 ਡੰਗ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ। ਨਾ ਉਹਨਾਂ ਨੂੰ ਖੇਤਾਂ 'ਚ ਕੰਮ ਮਿਲਦਾ, ਸ਼ਹਿਰਾਂ ਦੇ ਚੁਰਾਹਿਆਂ 'ਚ ਜਾ ਕੇ ਖੜ੍ਹਦੇ ਨੇ ਤਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ। ਸੋ ਵਿਚਾਰੇ ਜਿਹੜੇ ਨੰਗੇ ਭੁੱਖੇ ਲੋਕ ਨੇ ਜਿਹੜੇ ਅੱਜ ਉਹ ਉਹਨਾਂ ਦੀ ਜੇ ਇਹ ਪਾਰਟੀ ਆ ਤਾਂ ਫਿਰ ਸੁਖਬੀਰ ਜੀ ਨੂੰ ਮੁਬਾਰਕ। ਸੋ ਇੱਕ ਪਾਸੇ ਉਹ ਲੋਕ ਨੇ ਜਿਹੜੇ ਅੱਜ ਸੁਖਬੀਰ ਜੀ ਦੇ ਨਾਲ ਸਟੇਜ 'ਤੇ ਬੈਠੇ ਨੇ ਜਿਨ੍ਹਾਂ ਦੇ ਸ਼ਰਾਬ ਦੇ ਕਾਰਖਾਨੇ ਚੱਲਦੇ ਨੇ, ਜਿਨ੍ਹਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਜਿਨ੍ਹਾਂ ਦੇ ਵੱਡੇ ਵੱਡੇ ਮਾਲ ਨੇ, ਅਤੇ ਜਿਨ੍ਹਾਂ ਦੇ ਜਿੱਥੇ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਬਠਿੰਡੇ ਦੀ ਧਰਤੀ 'ਤੇ ਜਿੱਥੇ ਸੁਖਬੀਰ ਜੀ ਇਹ ਰੈਲੀ ਕਰ ਰਹੇ ਨੇ ਉਹ 15 ਏਕੜ ਜਗ੍ਹਾ ਹੈ ਜਿਹੜੀ ਉਹ ਉਸ ਪਰਲਸ ਕੰਪਨੀ ਦੀ ਆ, ਉਸ ਭਗੂਦ ਸਰਦਾਰ ਦੀ ਆ ਜਿਹਨੇ ਇਸ ਦੇਸ਼ ਦੇ 6 ਕਰੋੜ ਲੋਕਾਂ ਨਾਲ ਠੱਗੀ ਮਾਰੀ ਆ। ਸੋ ਜਿਸ ਧਰਤੀ 'ਤੇ ਠੱਗੀ ਵਾਲੀ ਧਰਤੀ 'ਤੇ ਸੁਖਬੀਰ ਰੈਲੀ ਕਰਕੇ ਅਤੇ ਇਸ ਰੈਲੀ ਨੂੰ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਮਜ਼ਦੂਰਾਂ ਦੀ, ਪੰਜਾਬ ਦੇ ਵਪਾਰੀਆਂ ਦੀ ਰੈਲੀ ਦੱਸੇ ਅਤੇ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ। ਸੋ ਇਹ ਜਿਹੜਾ ਕੁਝ ਸਾਡੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਸਦਭਾਵਨਾ ਰੈਲੀ ਆ ਜਿਹੜੀ ਉਹ ਹੋਈ, ਕਿਉਂ ਹੋਈ, ਉਹ ਤੁਹਾਡੇ ਸਾਹਮਣੇ ਆ। ਅਤੇ ਰੈਲੀ ਦੇ ਵਿੱਚੋਂ ਆਖਰ ਨੂੰ ਸੁਨੇਹਾ ਕੀ ਦਿੱਤਾ ਗਿਆ, ਸਦਭਾਵਨਾ ਰੈਲੀ ਆ
सद्भावना का की मतलब है कि जे पंजाब दे विच सद्भावना खत्म हो गई आ, पंजाब दे लोग ने चाहे वह हिंदू ने चाहे वह मुसलमान ने ते चाहे वह सिख ने, जे उन्हां दे विच कड़त्तन पैदा हुई आ, उस कड़त्तन नूं दूर करन दे लई उन्हां दे विच सद्भावना पैदा करन दे लई रैलियां मुबारक ने। परंतु जे रैली सिर्फ ते सिर्फ इस निशाने नूं लैके सुखबीर ने दम जे मारे ने कि असी सरबत खालसा तो बड़ा कट करके दिखावांगे, सो जे रैली सरबत खालसे दी चढ़त नूं फिक्का करन दे लई हुई है ते तुसी सारे बाखूबी जानदे हो ते अंदाजा भी ला सकदे हो कि ये गुरुआं दी धरती आ, इह सिखां दी करम भूमि आ, सिखां दी जन्म भूमि आ, ते जे इत्थे कोई सिखां दी शान नूं आन नूं वंगारदा ओदी होंद आ जिहड़ी ओह कदे भी इस धरती ते नहीं रही। ते जे सच्चे मनों असी अज इस गल दा एहसास करिए कि ये जिहड़ी सद्भावना रैली दे विच जिस तरह दीआं गपौड़ां मारियां गईआं, कट्ठ बारे झूठ बोलिया गया, जिहड़ा सरबत खालसे बारे भंडी प्रचार किया गया, सो वो गपौड़ ने जिहड़े वो तुहाडे सारिआं दे सामने ने। अकाली दल कोई मामूली पार्टी नहीं, 95 साल पुरानी पार्टी है, 95 साल पार्टी। अकाली दल नूं कोई खत्म नहीं कर सकता, जिन्ने मर्जी आल कह देन। मैं तां कह रिहा सी अज वर्करां दा जोश देखण वाला है, 2017 दी जंग अज ही शुरू हो गई है। मैं कांग्रेस नूं कहना चाहुंदा सो सच साडे सामने आ। सुखबीर बादल ने खुद मन्निया कि वह ये जिहड़ियां रैलियां कर रहे ने, ये रैलियां सिर्फ ते सिर्फ अपने जिहड़े सियासी विरोधी ने उन्हां नूं बदनाम करन दे लई, ते इन्हां रैलियां दे नाल अपने उन्हां आगुआं नूं जिहड़े लोक रोह तों जिहड़े कौम दे गुस्से तों डरदे घरां दीआं खुड्डां विच जा वड़े ने, उन्हां नूं बाहर लैके आउण दे लई ये रैलियां ने जिहड़ियां वो निरंतर कर रहे ने। ते इन्हां रैलियां दे विच इकट्ठ किवें होया ਉਹ ਸਾਡੇ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਰੈਲੀ ਤੋਂ ਵਾਪਸ ਆਉਂਦੀਆਂ ਬੱਸਾਂ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ, ਸ਼ਰਾਬ ਵਰਤਾਈ ਗਈ, ਇੱਕ ਤਰ੍ਹਾਂ ਸ਼ਰਾਬ ਦਾ ਹੜ੍ਹ ਵਗਿਆ। ਸੁਖਬੀਰ ਬਾਦਲ ਤਾਂ ਇਹ ਕਹਿ ਰਿਹਾ ਨਾ ਕਿ ਲੋਕਾਂ ਦਾ ਹੜ੍ਹ ਆਇਆ, ਸੋ ਲੋਕਾਂ ਦਾ ਹੜ੍ਹ ਤਾਂ ਨਹੀਂ ਆਇਆ, ਸ਼ਰਾਬ ਦਾ ਹੜ੍ਹ ਜ਼ਰੂਰ ਇਸ ਰੈਲੀ ਤੋਂ ਬਾਅਦ ਹਰ ਬੱਸ ਦੇ ਵਿੱਚ, ਜਿਹੜੀ ਬੱਸ ਇਸ ਰੈਲੀ ਦੇ ਵਿੱਚ ਗਈ ਉਸ ਹਰ ਬੱਸ ਦੇ ਵਿੱਚ ਸ਼ਰਾਬ ਦਾ ਹੜ੍ਹ ਜ਼ਰੂਰ ਦੇਖਿਆ ਗਿਆ। ਸੋ ਅਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਸਾਂਝੀ ਕੀਤੀ ਆ, ਤੁਹਾਡੇ ਨਾਲ ਵਾਅਦਾ ਕੀਤਾ ਕਿ ਨਿਰੰਤਰ ਇਹ ਜਿਹੜਾ ਪ੍ਰੋਗਰਾਮ ਆ ਵਾਲ ਦੀ ਖਲ, ਇਸ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਹਾਂਗੇ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਇਹਦੇ ਬਾਰੇ ਆਪਣੇ ਸੁਝਾਅ ਜਾਂ ਇਸ ਤਰ੍ਹਾਂ ਦੇ ਗਪੌੜ ਜਿਹੜੇ ਇਹਨਾਂ ਸਿਆਸੀ ਆਗੂਆਂ ਨੇ ਚਾਹੇ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਲੋਕਾਂ ਦੇ ਸਾਹਮਣੇ ਉਹ ਗਪੌੜ ਮਾਰੇ ਹੋਣ, ਉਹ ਸਾਡੇ ਤੱਕ ਪਹੁੰਚਦਾ ਕਰਦੇ ਰਹੋ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।